ਕਹਾਣੀ ਖੁੱਲਾ ਬੂਆ ਦਾ ਬਾਕੀ ਦਾ ਪੰਗ ਇਹਨਾਂ ਭਲੇ ਲੋਕਾਂ ਨੇ ਇਸ ਗੱਲ ਦਾ ਵੀ ਕੋਈ ਅਰਥ ਨਹੀਂ ਕੱਢਿਆ ਕਿ ਹੁਣ ਫਲੋਰੇਮਾਂ ਦੇ ਕੱਪੜਿਆਂ 'ਚ ਰਈਸਾਨਾ ਸਾਦਗੀ ਆਉਂਦੀ ਜਾ ਰਹੀ ਹੈ ਤੇ ਉਹਨੇ ਆਪਣੀ ਪੇਟੀ 'ਚ ਤਲਵਾਰ ਲਾਉਣੀ ਵੀ ਛੱਡ ਦਿੱਤੀ ਹੈ ਜਿਹੜੀ ਪਹਿਲਾਂ ਉਹਦੇ ਪਹਿਰਾਵੇ ਦਾ ਇੱਕ ਜ਼ਰੂਰੀ ਅੰਗ ਹੁੰਦੀ ਸੀ ਉਹਨਾਂ ਨੂੰ ਇਸ ਸਬੰਧ 'ਚ ਸ਼ੱਕ ਹੋ ਸਕਦਾ ਸੀ ਪਰ ਫਲੋਰੇਮ ਬੜੇ ਫੂਕ-ਫੂਕੇ ਪੈਰ ਰੱਖਦਾ ਸੀ ਤੇ ਉਹਦੇ ਸ਼ਿਕਾਰ ਵੀ ਖੁਦ ਹੀ ਉਹਦੇ ਚੱਕਰ 'ਚ ਫਸ ਜਾਂਦੇ ਸੀ ਫੋਲੋ ਰਿਮੂ ਪਹਿਲਾਂ ਤਾਂ ਆਪਣੇ ਸ਼ਿਕਾਰ ਨੂੰ ਬਹੁਤ ਚੰਗੀ ਤਰ੍ਹਾਂ ਬਾਚਦਾ ਆਪਣਾ ਦਾਅ ਉਸੇ ਤੇ ਚਲਾਉਂਦਾ ਜਿਹੜਾ ਉਹਨੂੰ ਆਪਣੇ ਮਤਲਬ ਲਈ ਬਿਲਕੁਲ ਠੀਕ ਲੱਗਦਾ ਇਸ ਤੋਂ ਬਾਅਦ ਆਪਣੇ ਸ਼ਿਕਾਰ ਨੂੰ ਮੌਕਾ ਦਿੰਦਾ ਕਿ ਕੋਈ ਸਖਤ ਗੱਲ ਕਹਿ ਦੇਵੇ ਜਾਂ ਆਪਣਾ ਕੰਮ ਕਰ ਦੇਵੇ ਜਿਸ ਨਾਲ ਉਹਨੂੰ ਡੁਐਲ ਦੀ ਚੁਣੌਤੀ ਦੇਣੀ ਸੌਖੀ ਤੇ ਸੁਭਾਵਿਕ ਹੋ ਜਾਏ ਅਜਿਹੀਆਂ ਘਟਨਾਵਾਂ ਰੋਜ਼-ਰੋਜ਼ ਨਹੀਂ ਸੀ ਹੁੰਦੀਆਂ ਪਹਿਲਾਂ ਪਹਿਲ ਤਾਂ ਇੱਕ ਪੰਦਰਵਾੜੇ 'ਚ ਫੋਲੋ ਰਿਮੂ ਇੱਕ ਤੋਂ ਜ਼ਿਆਦਾ ਸ਼ਿਕਾਰ ਨਾਲ ਲੱਭਦਾ ਤੇ ਉਸ ਤੋਂ ਹੋਈ ਆਮਦਨ ਨਾਲ ਹੀ ਸੰਤੁਸ਼ਟ ਹੋ ਜਾਂਦਾ पर लालच बुरी बला है जब उन्होंने देखा था नहीं आसानी नाल कमाया जा सकदा है ओदा लालच ਵਧਦਾ ਗਿਆ ਫਿਰ ਵੀ ਬਹੁਤ ਦਿਨਾਂ ਤੱਕ ਕੋਈ ਦੁਰਘਟਨਾ ਨਹੀਂ ਹੋਈ ਤੇ ਫਲੋਰਿਮੋ ਨੇ ਹੁਣ ਕੁਝ ਲਾਪਰਵਾਹੀ ਦਿਖਾਉਣੀ ਸ਼ੁਰੂ ਕਰ ਦਿੱਤੀ ਪਤ ਚੜਦੀ ਇੱਕ ਸ਼ਾਮ ਸੀ ਗੋਲਮਟੋਲ ਚਿਹਰੇ ਵਾਲਾ ਇੱਕ ਆਦਮੀ ਸਰਾਂ ਤੋਂ ਬਾਹਰ ਬੱਗੀ ਵਿੱਚ ਉਤਰਿਆ ਉਹਦਾ ਵਰਤਾ ਉਹਦੇ ਸ਼ਾਂਤ ਸੁਭਾਅ ਦੀ ਸੂਚਨਾ ਦੇ ਰਿਹਾ ਸੀ ਉਹਨੇ ਸਾਦੇ ਪਰ ਪ੍ਰਭਾਵਸ਼ਾਲੀ ਕੱਪੜੇ ਪਹਿਨੇ ਸੀ ਸਰਾਂ ਚ ਆ ਕੇ ਉਹਨੇ ਭੋਜਨ ਤੇ ਇੱਕ ਬੋਤਲ ਸ਼ਰਾਬ ਦਾ ਆਰਡਰ ਦਿੱਤਾ ਤੇ ਰਾਤ ਨੂੰ ਆਪਣੇ ਸੌਣ ਲਈ ਇੱਕ ਬਿਸਤਰੇ ਦਾ ਪ੍ਰਬੰਧ ਕਰਨ ਲਈ ਗਿਆ ਆਪਣੇ ਮੇਜ਼ ਤੋਂ ਬੈਠਾ ਹੋਇਆ ਫਲੋਰਿਮੋ ਟੇਡੀਆਂ ਨਜ਼ਰਾਂ ਨਾਲ ਉਸ ਆਦਮੀ ਨੂੰ ਦੇਖ ਰਿਹਾ ਸੀ ਮਨੀਮਾਨ ਨੂੰ ਤੋਲ ਰਿਹਾ ਸੀ ਫਲੋਰਿਮੋ ਨੂੰ ਇਹ ਆਦਮੀ ਵਪਾਰੀ ਵਰਗ ਦਾ ਕੋਈ ਡਰਪੋਕ ਜਿਹਾ ਆਦਮੀ ਲੱਗਾ ਫਲੋਰਿਮੋ ਨੇ ਸੋਚਿਆ ਇਹ ਅਮੀਰ ਆਦਮੀ ਹੈ ਕਿਉਂਕਿ ਸਾਦੀ ਘੋੜਾ ਗੱਡੀ 'ਚ ਨਹੀਂ ਆਪਣੀ ਬੱਗੀ ਚਾਇਆ ਹੈ ਸ਼ਿਕਾਰਤਾ ਹੀ ਜ਼ੋਰਦਾਰ ਹੈ ਪਰ ਇਸ ਦੀ ਸ਼ਾਂਤ ਪਰ ਕਿਰਤੀ ਝਗੜੇ ਦਾ ਮੌਕਾ ਹੀ ਨਹੀਂ ਆਉਣ ਦੇਗੀ ਆਉਣ ਵਾਲੇ ਨੇ ਗੰਭੀਰਤਾ ਨਾਲ ਆਪਣਾ ਭੋਜਨ ਕੀਤਾ ਉਹ ਕੁਝ ਆਪਣੇ ਵਿੱਚ ਹੀ ਸਿਮਟਿਆ ਜਾਂ ਜਪਦਾ ਸੀ ਫਲੋ ਰਿਮਾ ਨੂੰ ਲੱਗਾ ਕਿ ਹੁਣੇ ਉਹ ਬੱਤੀ ਮੰਗਵਾ ਕੇ ਆਪਣੇ ਕਮਰੇ 'ਚ ਚਲਾ ਜਾਏਗਾ ਤਾਂ ਫਿਰ ਝਗੜੇ ਦਾ ਮੌਕਾ ਹੱਥੋਂ ਨਿਕਲ ਜਾਏਗਾ ਪੁਰਾਣੀ ਚਾਲ ਇੱਥੇ ਨਹੀਂ ਚੱਲੇਗੀ ਫਲੋ ਰਿਮਾ ਨੇ ਆਪਣੇ ਪਾਈਪ ਵਿੱਚ ਤੰਬਾਕੂ ਭਰਿਆ ਉਹਨੂੰ ਬਾਲਣ ਦੇ ਬਹਾਨੇ ਕਮਰੇ ਦੇ ਦੂਜੇ ਕੋਨੇ 'ਚ ਬਲ ਰਹੀ ਅੱਗ ਵੱਲ ਚਲਾ ਗਿਆ ਆਉਣ ਵਾਲਾ ਆਪਣਾ ਭੋਜਨ ਕਰ ਚੁੱਕਣ ਤੋਂ ਬਾਅਦ ਉੱਥੇ ਬੈਠਾ ਆਰਾਮ ਕਰ ਰਿਹਾ ਸੀ। ਉਹਨੇ ਆਪਣੀ ਲੱਤ ਕੁਝ ਅੱਗੇ ਨੂੰ ਕਰ ਲਈ ਸੀ। ਸੁਸਤਾਨ ਦੇ ਲਈ ਆਪਣੇ ਕੋਟ ਦੇ ਕੁਝ ਬਟਨ ਖੋਲ੍ਹ ਲਏ ਸੀ ਤੇ ਅੱਗੇ ਨੂੰ ਪੈਰ ਫਲਾ ਰੱਖੇ ਸੀ। ਫਲੋਰੇਮਾਨ ਨੇ ਜਾਂਦਿਆਂ-ਜਾਂਦਿਆਂ ਉਸ ਭਲੇ ਆਦਮੀ ਦੇ ਪੈਰ ਤੇ ਆਪਣਾ ਪੈਰ ਧਰ ਦਿੱਤਾ। ਫਿਰ ਖੜ੍ਹਾ ਹੋ ਕੇ ਕ੍ਰੋਧ ਨਾਲ ਉਹਦੇ ਚਿਹਰੇ ਨੂੰ ਘੂਰਨ ਲੱਗਾ ਤੇ ਢੇਰ ਤੱਕ ਘੂਰਦਾ ਰਿਹਾ। ਮੈਂ ਤੁਹਾਡੇ ਖੇਤ ਪ੍ਰਗਟ ਕਰਨ ਦੀ ਉਡੀਕ ਕਰ ਰਿਹਾ। ਫਲੋਰੇਮਾਨ ਨੇ ਕਿਹਾ, "ਚੰਗਾ, ਮੈਂ ਵੀ ਤੁਹਾਡੇ ਖੇਤ ਪ੍ਰਗਟ ਕਰਨ ਦੀ ਉਡੀਕ ਕਰ ਰਿਹਾ।" ਗੋਲਮ ਟੋਲ ਚੇਰੀ ਵਾਲੀ ਆਦਮੀ ਨੇ ਕਿਹਾ ਤੁਸੀਂ ਮੇਰਾ ਪੈਰ ਜ਼ਖਮੀ ਕਰ ਦਿੱਤਾ ਚੰਗਾ ਹੋਇਆ ਹੁਣ ਤੈਨੂੰ ਅਕਲ ਤਾਂ ਆ ਗਈ ਕਿ ਸਰਾਂ ਚ ਪੈਰ ਪਸਾਰ ਕੇ ਨਹੀਂ ਬਹਿਣਾ ਚਾਹੀਦਾ ਹੰ ਜਿਵੇਂ ਸਾਰੀ ਸ਼ਾਂਤੀ ਰਹੀ ਹੋਵੇ ਉਹ ਆਦਮੀ ਹੁਣ ਠੀਕ ਤਰ੍ਹਾਂ ਨਾਲ ਉੱਠ ਬੈਠਾ ਪਰ ਤੁਹਾਡੇ ਨਿਕਲਣ ਲਈ ਕਾਫੀ ਰਾਹ ਸੀ ਉਹਨੇ ਅਜੇ ਅੰਦਾਜ਼ ਤੇ ਲਹਿਜੇ ਚ ਕਿਹਾ ਕਿ ਉਹਦੇ ਸ਼ਾਂਤੀਪੂਰਨ ਵਰਤਾਅ ਚ ਉਹਦੇ ਡਰਪੋਕਪਣੇ ਦੀ ਬੋਹ ਆਉਂਦੀ ਸੀ ਫਲੋਰੇਮਾ ਨੇ ਹੁਣ ਹੋਰ ਵੀ ਸਖਤ ਕਦਮ ਚੁੱਕਿਆ ਲੱਗਦਾ ਤੂੰ ਫੂਹੜ ਹੀ ਨਹੀਂ ਅਸਭਿਅਕ ਵੀ ਹੈ ਬੋਲ ਚਾਲਦਾ ਤੌਰ ਤਰੀਕਾ ਤੱਕ ਨਹੀਂ ਆਉਂਦਾ ਮੈਂ ਤਾਂ ਠੋਕਰ ਖਾ ਕੇ ਅੱਗ 'ਚ ਡਿੱਗ ਪਿਆ ਹੁੰਦਾ ਤੇ ਇੱਕ ਤੂੰ ਐ ਜਿਹੜਾ ਖੇਤ ਵੀ ਪ੍ਰਗਟ ਨਹੀਂ ਕਰ ਸਕਦਾ ਤੁਸਾਂ ਬਹੁਤ ਹੀ ਜ਼ਿਆਦਾ ਅਖੜ ਲੱਗਦੀ ਓਸ ਆਦਮੀ ਨੇ ਉੱਤਰ ਦਿੱਤਾ ਉਹਦਾ ਗੋਲ ਚਿਹਰਾ ਪੀਲਾ ਪੈ ਗਿਆ ਮੱਥੇ ਤੇ ਝੁਰੜੀਆਂ ਉੱਪਰ ਆਈਆਂ ਜੇ ਤੈਨੂੰ ਮੇਰੀਆਂ ਗੱਲਾਂ ਅਖੜ ਲੱਗਦੀਆਂ ਤਾਂ ਮਾਫੀ ਕਿਉਂ ਨਹੀਂ ਮੰਗ ਲੈਂਦਾ ਓਸ ਆਦਮੀ ਦੀਆਂ ਅੱਖਾਂ ਹੈਰਾਨੀ ਨਾਲ ਗੋਲ ਹੋ ਗਈਆਂ ਤੂੰ ਜਾਣ ਬੁੱਝ ਕੇ ਮੈਨੂੰ ਗੁੱਸਾ ਦਿਵਾਉਣਾ ਚਾਹੁੰਦਾ ਫਲੋਰੀ ਮਹਾਸਪਿਆ ਓਹੋ ਤੈਨੂੰ ਗੁੱਸਾ ਆ ਬਈ ਅਸੀਂ ਤਾਂ ਡਰਪੋਕਾ ਨੂੰ ਅੰਜੀ ਪਛਾਣ ਲੈਨੇ ਆ ਬਸ ਹੁਣ ਹੱਦ ਹੋ ਗਈ ਐ ਸਪਸ਼ਟ ਸੀ ਕਿ ਹੁਣ ਤੱਕ ਅਜਨਬੀ ਦੇ ਸਬਰ ਦਾ ਪਿਆਲਾ ਨੱਕੋ ਨੱਕ ਭਰ ਚੁੱਕਾ ਸੀ ਹਾਂ ਬਸ ਬਹੁਤ ਹੋ ਚੁੱਕਾ ਇਸ ਤੋਂ ਜ਼ਿਆਦਾ ਸਹਿਣਾ ਮੇਰੇ ਲਈ ਅਸੰਭਵ ਐ ਉਹ ਅਜਨਬੀ ਆਪਣੀ ਕੁਰਸੀ ਤੋਂ ਉੱਠਿਆ ਤੇ ਆਪਣੇ ਆਲੇ ਦੁਆਲੇ ਦੀਆਂ ਕੁਰਸੀਆਂ ਤੇ ਬੈਠੇ ਹੋਏ ਲੋਕਾਂ ਨੂੰ ਸੰਬੋਧਨ ਕਰਕੇ ਬੋਲੇ ਸਜਣੋ ਤੁਸੀਂ ਗਵਾਹ ਹੋ ਕਿ ਕਿਸ ਤਰ੍ਹਾਂ ਇਹ ਬਤਮੀਜ਼ ਆਦਮੀ ਮੈਨੂੰ ਉਕਸਾਉਂਦਾ ਰਿਹਾ ਤੇ ਫਿਰ ਫਲੋਰਿਮਾਂ ਦੀ ਤੇਜ਼ ਆਵਾਜ਼ ਨੇ ਉਹਦੀ ਗੱਲ ਕੱਟਦੀ ਕਿ ਜਦ ਤੱਕ ਮੈਂ ਕੋ ਸੁਨ ਨਾਲ ਤੇਰੀ ਚੰਗੀ ਤਰ੍ਹਾਂ ਮੁਰਮਮਤ ਨਹੀਂ ਕਰਾਂਗਾ ਤੂੰ ਆਪਣੀ ਬਕਵਾਸ ਬੰਦ ਨਹੀਂ ਕਰੇਂਗਾ ਨਹੀਂ ਉਹਦੀ ਲੋੜ ਨਹੀਂ ਹੈ ਜੇ ਤੁਸੀਂ ਆਪਣਾ ਕੋਈ ਦੋਸਤ ਮੇਰੇ ਕੋਲ ਭੇਜ ਦਿਓਗੇ ਤਾਂ ਮੈਂ ਉਸ ਨਾਲ ਸਾਰੀਆਂ ਗੱਲਾਂ ਤੈਅ ਕਰ ਲਵਾਂਗਾ ਡੁਐਲ ਦੀ ਚੁਣੌਤੀ ਦੀ ਆਸ ਫਲੋ ਰਿਮਾਨ ਨੂੰ ਨਹੀਂ ਸੀ ਕਿਉਂਕਿ ਹਰ ਵਾਰ ਚੁਣੌਤੀ ਦੇਣ ਵਾਲਾ ਉਹੀ ਹੁੰਦਾ ਸੀ ਇਸ ਲਈ ਕੁਝ ਦੇਰ ਤੱਕ ਤਾਂ ਉਹ ਝੱਕਾ ਜਿਹਾ ਖੜਾ ਰਿਹਾ ਹੋਸ਼ ਆਉਣ ਤੇ ਉਹ ਸਹਿਮਤੀ 'ਚ ਝੁਕਿਆ ਤੇ ਸਦਾ ਵਾਂਗ ਦੇਸਤਾਂ ਦੇ ਨੂੰ ਬੇਨਤੀ ਕੀਤੀ ਵੀ ਉਹਦੇ ਮਿੱਤਰ ਦਾ ਕਰਤੱਵ ਪੂਰਾ ਕਰ ਦੇਵੇ ਇਸ ਤੋਂ ਬਾਅਦ ਸਦਾਵਾਂਗ ਉਸਰਾਵਲ ਚਲਾ ਗਿਆ ਸਦਾਵਾਂਗ ਜਿਵੇਂ ਕਿ ਉਹਨੂੰ ਆਸ ਸੀ ਕਿਸੇ ਨੇ ਉਹਦੇ ਘਰ ਦਾ ਬੂਆ ਖੜਕਾਇਆ ਸਦਾਵਾਂਗ ਉਹਨੇ ਖੁਦ ਹੀ ਕਵਾੜ ਖੋਲੇ ਗੋਲ ਮਟੋਲ ਚਿਹਰੇ ਵਾਲੇ ਆਦਮੀ ਨੂੰ ਵੇਖ ਕੇ ਸਦਾਵਾਂਗ ਉਹਨੇ ਘਿਰਨਾ ਦਾ ਨਾਟਕ ਕੀਤਾ ਹਮੇਸ਼ਾ ਵਾਂਗੋ ਨੇ ਉਹਦੇ ਸ਼ਿਕਾਰ ਨੇ ਵੀ ਪਰੇਸ਼ਾਨੀ ਦੇ ਚਿੰਨ ਪ੍ਰਗਟ ਕੀਤੇ ਉਹ ਆਦਮੀ ਹੜਬੜਾ ਹੱਟ ਛਕ ਲਾਉਂਦਾ ਬੁੱਲਿਆ ਇਹ ਤਾਂ ਮੈਂ ਮੰਨਦਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਪਰ ਗੱਲ ਇਹ ਨਹੀਂ ਹੁਣ ਮੈਂ ਸੋਚਦਾ ਮੈਂ ਕਾਹਲੀ ਕੀਤੀ ਮੈਂ ਸਮਝਦਾ ਮੈਨੂੰ ਸਾਰੀ ਗੱਲ ਸਾਫ਼ ਕਰ ਦੇਣੀ ਚਾਹੀਦੀ ਸੀ ਸਾਡਾ ਆਪਸ ਚ ਧੂਏਲ ਲੜਨਾ ਬਿਲਕੁਲ ਅਸੰਭਵ ਹੈ ਇਹਨਾਂ ਕਹਿ ਕੇ ਰੁਕ ਗਿਆ ਤੇ ਉਹਨੇ ਆਪਣੀ ਗੱਲ ਪੂਰੀ ਨਹੀਂ ਕੀਤੀ ਜਿਵੇਂ ਫਲੋ ਰਿਮਾ ਦੇ ਚਿਹਰੇ ਤੇ ਖੇਡ ਰਹੀ ਕਰੂਰ ਮੁਸਕਰਾਟ ਨਾਲ ਠੱਗਿਆ ਗਿਆ ਹੋਵੇ ਉਹਦੇ ਰੁਕਦੇ ਹੀ ਫਲੋ ਰਿਮਾ ਨੇ ਆਪਣਾ ਉਹ ਵਾਕ ਦੁਹਰਾ ਦਿੱਤਾ ਜਿਹੜਾ ਦੁਮਾਸਕ ਵਾਲੀ ਘਟਨਾ ਦੇ ਸਮੇਂ ਤੋਂ ਹੁਣ ਤੱਕ ਆਪਣਾ ਕਰਤੱਵ ਨਿਭਾਉਂਦਾ ਤੁਰਿਆ ਆ ਰਿਹਾ ਸੀ ਤਾ ਤੇਰੇ ਵਰਗੇ ਛੋਕਰਿਆਂ ਨੂੰ ਦੱਸਣ ਲਈ ਮੈਂ ਤਲਵਾਰਬਾਜ਼ੀ ਦਾ ਉਸਤਾਦ ਹਾਂ ਮੈਂ ਆਪਣੀ ਛਾਤੀ ਤੇ ਪੱਟੀ ਲਟਕਾਇਆ ਕਰਾਂ ਪਰ ਜਿਹੜਾ ਵਾਕ ਹੁਣ ਤੱਕ ਲੋਕਾਂ ਨੂੰ ਦਹਿਲਾਉਂਦਾ ਰਿਹਾ ਸੀ ਉਹਦਾ ਕੁਝ ਹੋਰ ਹੀ ਅਸਰ ਹੋਇਆ ਅਜਨਬੀ ਦੇ ਚਿਹਰੇ ਦੇ ਭਾਵ ਬਿਲਕੁਲ ਹੀ ਬਦਲ ਗਏ ਉਹਦੇ ਚਿਹਰੇ ਦੀ ਬਦਾਵਾਸੀ ਕਿਤੇ ਜਾਂਦੀ ਰਹੀ ਇਸ ਵਾਕ ਨਾਲ ਉਹਨੂੰ ਇੰਨੀ ਹੈਰਾਨੀ ਹੋਈ ਕਿ ਉਹਦੇ ਚਿਹਰੇ ਦਾ ਗਵਾਰਪਨ ਇੱਕ ਵਾਰ ਕੀ ਲੋਪ ਹੋ ਗਿਆ ਉਸਤਾਦ ਤੂੰ ਤਲਵਾਰਬਾਜ਼ੀ ਦਾ ਉਸਤਾਦ ਹੈ ਤਦ ਤੱਕ ਗੱਲ ਹੀ ਬਿਲਕੁਲ ਬਦਲ ਗਈ ਉਹਨੋਸ ਆਦਮੀ ਨੇ ਖੁਸ਼ ਹੋ ਕੇ ਕਮਰੇ ਦੇ ਚਾਰੇ ਪਾਸੇ ਨਿਗਾਹ ਦੜਾਈ ਫਲੋਰੀਮਾ ਨੂੰ ਲੱਗਾ ਉਹਦਾ ਸਰੀਰ ਉੱਚਾ ਤੇ ਵੱਡਾ ਹੁੰਦਾ ਜਾ ਰਿਹਾ ਹੈ ਮੁਸਕਰਾਉਂਦਿਆਂ ਬੋਲਿਆ ਚੰਗਾ ਤੇ ਇਹ ਤੇਰਾ ਸਕੂਲ ਹੈ ਹਾਂ ਹੁਣ ਮੈਂ ਕੁਝ ਸਮਝ ਗਿਆ ਹੁਣ ਤਾਂ ਸਾਰੀਆਂ ਗੱਲਾਂ ਆਪ ਹੀ ਤੈਹ ਹੋ ਗਈਆਂ ਉਹਨੇ ਆਪਣੇ ਪੈਰ ਮਿਲਾਏ ਸ਼ਕਤੀ ਦੇ ਨਾਲ ਝੁਕਿਆ ਮਾਫ ਕਰਨਾ ਮੈਂ ਤਾਂ ਬੇਕਾਰ ਹੀ ਤੁਹਾਡਾ ਸਮਾਂ ਬਰਬਾਦ ਕੀਤਾ ਤਾਂ ਕੱਲ ਸਵੇਰੇ 8 ਵਜੇ ਸਾਡੀ ਮੁਲਾਕਾਤ ਪ੍ਰੇਤਿ ਸੇਵ ਵਿੱਚ ਹੋਏਗੀ ਹੋਂ ਤੱਕ ਦੀਆਂ ਸਾਰੀਆਂ ਘਟਨਾਵਾਂ 'ਚ ਇਹ ਪਹਿਲਾ ਮੌਕਾ ਸੀ ਜਦੋਂ ਫੋਲੋ ਰੀਮਾਂ ਦੇ ਘਬਰਾਉਣ ਦੀ ਵਾਰੀ ਆਈ ਸੀ ਤੁਰਨ ਲਈ ਤਿਆਰ ਹੋਏ ਅਜ ਨਵੀ ਦੇ ਮੋਢੇ ਤੇ ਹੱਥ ਰੱਖ ਕੇ ਉਹਨੇ ਕਿ ਅਜ ਨਵੀ ਇੱਕ ਮਿੰਟ ਹੋਰ ਤੁਹਾਡਾ ਇਤੋਂ ਕੀ ਮਤਲਬ ਹੈ ਕਿ ਹੁਣ ਤਾਂ ਸਾਰੀਆਂ ਗੱਲਾਂ ਆਪ ਹੀ ਤੈਅ ਹੋ ਗਈਆਂ ਬਸ ਇਹੀ ਉਹਦੀਆਂ ਗੱਲਾਂ ਗੋਲ ਅੱਖਾਂ ਮਟਕ ਰਹੀਆਂ ਸਨ ਮੇਰੇ ਲਈ ਤੇ ਤੁਹਾਡੇ ਲਈ ਵੀ ਸਧਾਰਨ ਲੋਕਾਂ ਨਾਲ ਲੜਨ ਦਾ ਨਤੀਜਾ ਗੰਭੀਰ ਹੋ ਸਕਦਾ ਹੈ ਕਿਉਂਕਿ ਮੈਂ ਵੀ ਤਲਵਾਰਵਾਜੀ ਦਾ ਉਸਤਾਦ ਹਾਂ ਤੇ ਤੁਸੀਂ ਵੀ ਇਸ ਲਈ ਤੁਹਾਡੇ ਨਾਲ ਲੜਨ 'ਚ ਕੋਈ ਹਰਸ ਨਹੀਂ ਹੈ ਫਲੋਰੀਮਾਂ ਦੇ ਸਰੀਰ 'ਚ ਕੰਬਣੀ ਛੜਨ ਲੱਗੀ। ਖੁਦ ਤਲਵਾਰਬਾਜ਼ ਹੋਣ ਦੇ ਨਾਤੇ ਉਹ ਜਾਣਦਾ ਸੀ ਵੀ ਗਿੱਦੜਾਂ ਦੇ ਵਿੱਚ ਉਹ ਭੇੜੀਆਂ ਹੋ ਸਕਦਾ ਪਰ ਖੁਦ ਭੇੜੀਏ ਦੇ ਵਿੱਚੋਂ ਬਸ ਗਿੱਦੜ ਹੀ ਐ। ਹੁਣ ਉਹਨੇ ਉਸ ਅਜਨਬੀ ਨੂੰ ਹੋਰ ਵੀ ਚੰਗੇ ਤਰ੍ਹਾਂ ਦੇਖਿਆ। ਉਹਦੇ ਪੀਲੇ ਜਿਹੇ ਚਿਹਰੇ ਦੇ ਪਿੱਛੇ ਫਲੋਰੀਮਾਂ ਨੂੰ ਇੱਕ ਲੰਬੇ ਤੇ ਸੰਗਠਿਤ ਵਿਅਕਤੀ ਦੇ ਦਰਸ਼ਨ ਹੋਏ ਜਿਦੇ ਹੱਥ ਬਹੁਤ ਲੰਬੇ ਸੀ। ਲੱਤਾਂ ਵਿੱਚ ਚੁਸਤ ਸੀ। ਹਾਂ ਤੇ ਕੁਝ ਪ੍ਰਸਿੱਧ ਜਿਹਾ ਵੀ ਆ। ਅਜਨਬੀ ਦੀ ਆਵਾਜ਼ ਵਿੱਚ ਨਿਮਰਤਾ ਚਲਕ ਰਹੀ ਸੀ। ਮੇਰਾ ਨਾਮ ਗੁਇਲਾਸੀ ਦਾ ਤੈਨ ਹੈ। ਦਾ ਤੈਨ ਇਸ ਨਾਮ ਨੂੰ ਸੁਣ ਕੇ ਫਲੋਰਿਮਾ ਦੀ ਆਵਾਜ਼ ਫਟ ਗਈ। ਨਹੀਂ ਨਹੀਂ ਅਸੰਭਵ। ਅਜਨਬੀ ਫੇਰ ਚੁੱਕਿਆ। ਉਹਦੇ ਚੁੱਕਣ ਦੇ ਢੰਗ ਤੇ ਕੱਸੇ ਹੋਏ ਲੱਕ ਨੂੰ ਵੇਖ ਕੇ ਫਲੋਰਿਮਾ ਨੂੰ ਲੱਗਾ ਜ਼ਰੂਰੀ ਗੁਇਲਾਸੀ ਦਾ ਦਾ ਤੈਨ ਹੋਏਗਾ। ਜੀ ਉਹੀ ਦੇਖਦਾਂ ਤੂੰ ਮੇਰਾ ਨਾਮ ਸੁਣਿਆ ਹੋਇਆ ਹੈ। ਸ਼ਾਇਦ ਤੂੰ ਮੇਰੀ ਕਿਤਾਬ ਵੀ ਪੜ੍ਹੀ ਹੋਵੇ। ਉਸ ਕਿਤਾਬ ਦੀ ਦੁਨੀਆ 'ਚ ਕੁਝ ਚਰਚਾ ਹੋਈ ਹੈ। ਚੰਗਾ ਫਿਰ ਕੱਲ ਸਵੇਰ ਤੱਕ ਵਿਦਾ। ਪਰ ਇੱਕ ਮਿੰਟ ਸੁਣੋ ਕਹੋ। ਅਜ ਨਵੀਨੇ ਰੁਕੇ ਕਿਆ ਉਹਦੀਆਂ ਤਿਉੜੀਆਂ ਚੜੀਆਂ ਸੀ ਮੈਨੂੰ ਪਤਾ ਨਹੀਂ ਸੀ ਪਰ ਜਵਾਬ ਚ ਉਹਨੂੰ ਆਪਣਾ ਹੀ ਵਾਕ ਸੁਣਨ ਲਈ ਮਿਲਿਆ ਤਾਂ ਕਿ ਮੈਂ ਛੋਟੇ-ਛੋਟੇ ਸ਼ਹਿਰਾਂ 'ਚ ਰਹਿਣ ਵਾਲੇ ਬੇਵਕੂਫ ਉਸਤਾਦਾਂ ਨੂੰ ਦੱਸਣ ਲਈ ਆਪਣੀ ਛਾਤੀ ਤੇ ਪੱਟੀ ਲਿਖ ਕੇ ਲਟਕਾਇਆ ਕਰਾਂ ਪਰ ਤੁਹਾਡੇ ਨਾਲ ਡੁਇਲ ਕਰਨਾ ਸੰਭਵ ਨਹੀਂ ਹੈ ਤੁਹਾਡੀ ਵੀ ਇੱਛਾ ਨਹੀਂ ਹੋਏਗੀ ਮੇਰਾ ਤਾਂ ਸਕੂਲ ਚਾਪਟ ਹੋ ਜਾਏਗਾ ਉਸ ਨਾਲ ਕੀ ਫਰਕ ਪੈਂਦਾ ਕਿਉਂਕਿ ਤੂੰ ਜਿਉਂਦਾ ਹੀ ਨਹੀਂ ਬਚੇਂਗਾ ਫਲੋ ਰਿਮਾਉਂ ਦੀ ਅੱਖਾਂ ਡਰ ਨਾਲ ਚੌੜੀਆਂ ਹੋ ਗਈਆਂ ਚਿਹਰਾ ਪੀਲਾ ਪੈ ਗਿਆ ਉਸ ਵਿਅਕਤੀ ਦਾ ਸਰੀਰ ਜਿਹੜਾ ਕੁਝ ਦਿਨ ਪਹਿਲਾਂ ਤੱਕ ਬੜਾ ਕਮਜ਼ੋਰ ਦਿਖਾਈ ਦਿੰਦਾ ਸੀ ਹੁਣ ਭਿਆਨਕ ਲੱਗਣ ਲੱਗਾ ਮੈਂ ਮਾਫੀ ਮੰਗਦਾ ਡਰਪੋਗ ਤੂੰ ਆਪਣੇ ਤੋਂ ਕਮਜ਼ੋਰ ਦਿਖਾਈ ਦੇਣ ਵਾਲਿਆਂ ਨੂੰ ਛੇੜਦਾ ਹੈ ਬੇਇੱਜ਼ਤ ਕਰਦਾ ਹੈ ਫਿਰ ਤੇਰੀ ਇਹ ਹਿੰਮਤ ਕਿ ਉਹਨਾਂ ਕੋਲ ਇਕਾਂਤ ਵਿੱਚ ਮਾਫੀ ਮੰਗੇ ਤੇ ਸਮਝੇ ਕਿ ਬਸ ਇੰਨੇ ਚ ਹੀ ਛੁੱਟੀ ਮਿਲ ਜਾਏਗੀ ਅੱਜ ਤੂੰ ਆਪਣੇ ਹੀ ਜਾਲ ਚ ਫਸ ਗਿਆ ਜਾਂ ਸਵੇਰ ਤੱਕ ਮਰਨ ਦੀ ਤਿਆਰੀ ਕਰ ਰੁਕੋ ਤਾਂ ਰੁਕੋ ਤਾਂ ਜੇ ਮੈਂ ਤੁਹਾਨੂੰ ਹਰਜਾਨਾ ਦਿਆਂ ਤਾਂ ਹਰਜਾਨਾ ਕੀ ਮਤਲਬ ਜੇ 25 ਲਈ ਬੇਵਕੂਫ 50 ਲਈ ਲੈ ਕੇ ਵੀ ਮੈਂ ਤੈਨੂੰ ਤੇਰੀ ਕਰਨੀ ਦਾ ਫਲ ਚਖਾਏ ਬਿਨਾ ਨਹੀਂ ਛੱਡਾਂਗਾ ਹਾਂ ਜੇ ਤੇਰੇ ਤੇ 100 ਲਈ ਦੀ ਸੱਟ ਪੈ ਜਾਏ ਤਾਂ ਬਹੁਤ ਹੈ ਪਰ ਮੇਰੇ ਮਾਲਕ ਤੇ ਮੈਂ 100 ਲਈ ਦੇਣ ਲਈ ਤਿਆਰ ਹਾਂ ਦਰਨਲ ਪੀੜਤ ਉਹਨੇ 100 ਲਈ ਦੇਣਾ ਮੰਨ ਲਿਆ ਲਗਭਗ ਇੰਨਾ ਹੀ ਤਾਂ ਉਹਨੇ ਆਪਣੇ ਪਹਿਲੇ ਸ਼ਿਕਾਰਾਂ ਕੋਲੋਂ ਕਮਾਇਆ ਸੀ ਅਜਨਵੀ ਦਾ ਗੋਲ ਮੂੰਹ ਤੇ ਗੋਲ ਅੱਖਾਂ ਹੋਰ ਗੋਲ ਹੋ ਗਏ ਉਹਦੇ ਮੂੰਹ ਚੋਂ ਨਿਕਲਿਆ 100 ਲਈ ਅਜਨਵੀ ਦੀ ਆਵਾਜ਼ ਸੁਣ ਕੇ ਫਲੋਰੇ ਮਾਨੂੰ ਲੱਗਾ ਵੀ ਹਰ ਆਦਮੀ ਰੁਪਿਆ ਨਾਲ ਖਰੀਦਿਆ ਜਾ ਸਕਦਾ ਹੈ। ਉਹਨੂੰ ਲੱਗਾ ਉਸਤਾਦ ਦਾ ਤੈਨ ਫਲੋਰੀਮਾ ਦੀ ਬੇਨਤੀ ਮੰਨ ਲੈਣਗੇ। ਮੋਢਾ ਮਟਕਾ ਕੇ ਬੋਲੇ ਸੱਚ ਆਖਰ ਅਸਲੀ ਉਦੇਸ਼ ਤਾਂ ਤੈਨੂੰ ਸਜ਼ਾ ਦੇਣ ਦਾ ਹੈ ਕਿਉਂਕਿ ਤੂੰ ਪਛਤਾਵਾ ਕਰਨ ਲਈ ਤਿਆਰ ਹੈ ਜਾਂ ਤੈਨੂੰ ਮਾਰਨਾ ਜਾਂ ਪਾਜ ਬਣਾਉਣਾ ਬੇਕਾਰ ਹੀ ਹੈ। ਫਿਰ ਮੈਨੂੰ ਰਹਿਮ ਵੀ ਕੁਝ ਜ਼ਿਆਦਾ ਹੁੰਦਾ ਹੈ। ਮੇਰਾ ਸੁਭਾਅ ਸਖਤ ਨਹੀਂ ਹੈ। ਤੇਰੇ ਸੌ ਲਈ ਲੋਈ ਲੈ ਕੇ ਮੈਂ ਪੈरिस ਦੇ ਗਰੀਬਾਂ 'ਚ ਵੰਡ ਦੇਵਾਂਗਾ। ਫਲੋਰੀਮਾਨ ਨੂੰ ਇਸ ਕਲਪਨਾ ਨਾਲ ਕੋਈ ਲਾਭ ਨਹੀਂ ਹੋਇਆ ਕਿ ਪੈਰਿਸ ਦੇ ਗਰੀਬਾਂ ਨੂੰ ਇਸ ਧਨ ਚੋਂ ਇੱਕ ਫ੍ਰੈਂਕ ਵੀ ਦੇਖਣ ਲਈ ਨਹੀਂ ਮਿਲੇਗਾ। ਪੱਥਰ ਦਾ ਦਿਲ ਕਰਕੇ ਉਹਨੇ ਆਪਣਾ ਸਾਰਾ ਖਜ਼ਾਨਾ ਦੇਣ ਦਿੱਤਾ ਪਰ ਉਸ ਚੋਂ ਕੁੱਲ 98 ਲੁਈ ਨਿਕਲੇ। ਹੁਣ ਮਹਾਨ ਦਾਤੇ ਨੂੰ ਆਪਣੀ ਮਹਾਨਤਾ ਦਿਖਾਉਣ ਦਾ ਮੌਕਾ ਮਿਲਿਆ। ਉਹਨੇ ਫਲੋਰੀਮਾਨ ਨੂੰ ਬਿਲਕੁਲ ਕੰਗਾਲ ਕਰਨ ਦੀ ਬਜਾਏ 2 ਲੁਈ ਉਹਦੇ ਕੋਲ ਛੱਡ ਦਿੱਤੇ। ਉਸਤਾਦ ਫਲੋਰੀਮਾਨ ਨੂੰ ਇਸ ਦਇਆ ਨਾਲ ਕੋਈ ਵਿਸ਼ੇਸ਼ ਲਾਭ ਜਾਂ ਤਸੱਲੀ ਨਹੀਂ ਹੋਈ ਹੋਈਗੀ। ਉਦੀ ਮਹੀਨਿਆਂ ਦੀ ਕਮਾਈ ਇਕੱਠੀ ਜਾ ਰਹੀ ਸੀ। ਉਹਨੂੰ ਕੇਵਲ ਇੱਕ ਹੀ ਭਰੋਸਾ ਸੀ ਕਿ ਜਿਹੜਾ ਉਹ ਪਿਛਲੇ ਦਿਨੀ ਕਰਦਾ ਰਿਹਾ ਹੈ ਉਹ ਭਵਿੱਖ ਵਿੱਚ ਵੀ ਕੀਤਾ ਜਾ ਸਕਦਾ ਹੈ। ਬਸ ਉਹਨੂੰ ਆਪਣੇ ਜਾਲ ਸੋਚ ਸਮਝ ਕੇ ਫੈਲਾਉਣਾ ਪਵੇਗਾ। ਸ਼ਿਕਾਰ ਫੇਰ ਵੀ ਫਸਣਗੇ। ਹੁਣ ਉਹ ਸ਼ਾਂਤ ਤੇ ਗੰਭੀਰ ਲੱਗਣ ਵਾਲੇ ਲੋਕਾਂ ਤੋਂ ਬਚ ਕੇ ਰਹੇਗਾ। ਇਸ ਲਈ ਹਿੰਮਤ ਕਰਕੇ ਉਹਨੇ ਆਪਣੀ ਮਾੜੀ ਕਿਸਮਤ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ। ਹੁਣ ਸ਼ਾਮ ਨੂੰ ਉਹ ਸਰਾਂ ਚ ਜਾ ਕੇ ਬੈਠਦਾ ਸ਼ਿਕਾਰ ਦੀ ਉਡੀਕ ਕਰਦਾ ਪਰ ਹੁਣ ਸ਼ਿਕਾਰ ਦੀ ਕਮੀ ਸੀ। ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਸੀ ਯਾਤਰੂਆਂ ਦੀ ਗਿਣਤੀ ਦਿਨ-ਬਦਨ ਘਟਦੀ ਜਾ ਰਹੀ ਸੀ ਲਗਭਗ 15 ਵੜਾ ਬੀਤ ਚਲਿਆ ਸੀ ਕੋਈ ਸ਼ਿਕਾਰ ਨਾ ਫਸਿਆ ਤਦ ਇੱਕ ਦਿਨ ਸ਼ਾਮ ਨੂੰ ਇੱਕ ਯਾਤਰੀ ਆਇਆ ਸਰਾਂਚੋ ਦਾ ਦਾਖਲਾ ਤੂਫਾਨ ਦੇ ਕਿਸੇ ਤੇਜ ਬੁੱਲੇਵਾਂਗ ਸੀ ਪਰ ਉਹਨੇ ਸਰਾਂ ਦੇ ਮਾਲਕ ਨੂੰ ਬੁਲਾਇਆ ਉਹਦੀ ਆਵਾਜ਼ ਅਧਿਕ ਅਧਿਕਾਰਪੂਰਨ ਸੀ ਸਰਾਂ ਦਾ ਮਾਲਕ ਹੜਬੜਾ ਕੇ ਅੱਗੇ ਵਧਿਆ ਆਉਣ ਵਾਲੇ ਦੀ ਗੱਲ ਸੁਣ ਕੇ ਫਲੋਰੀਮੋ ਨੂੰ ਵਿਸ਼ਵਾਸ ਨਾ ਹੋਇਆ ਮੈਂ ਇੱਥੇ ਰੀਮਜ਼ ਵਿੱਚ ਇੱਕ ਸ਼ੈਤਾਨ ਉਸਤਾਦ ਦੀ ਭਾਲ ਚਾਇਆ ਜਿਹੜਾ ਖੁਦ ਨੂੰ ਤਲਵਾਰਬਾਜ਼ੀ ਦਾ ਮਾਹਰ ਸਮਝਦਾ ਹੈ ਪਰ ਅਸਲ 'ਚ ਆਪਣੇ فن ਨੂੰ ਬਦਨਾਮ ਕਰ ਰਿਹਾ ਤੇ ਜਿਹੜਾ ਖੁਦ ਨੂੰ ਫਲੋ ਰਿਮੋਟ ਦਾ ਸੋਵਰਾ ਦਾ ਲਾ ਗੈਲ ਦੇ ਨਾਂ ਨਾਲ ਬੁਲਾਉਂਦਾ ਕਿ ਤੁਸੀਂ ਮੈਨੂੰ ਉਹਦਾ ਪਤਾ ਦੱਸ ਸਕਦੇ ਹੋ ਸਰਾਂ ਦੇ ਮਾਲਕ ਦੇ ਬੋਲਣ ਤੋਂ ਪਹਿਲਾਂ ਫਲੋ ਰਿਮਾ ਨੇ ਖੁਦ ਉੱਤਰ ਦਿੱਤਾ ਉਹਨੂੰ ਲੱਗਾ ਕਿ ਅੱਜ ਦੇਵਤਾ ਉਹਤੇ ਵਿਸ਼ੇਸ਼ ਤੌਰ ਤੇ ਪ੍ਰਸੰਨ ਹੈ ਜਿਹੜਾ ਇਹੋ ਜਿਹਾ ਚੰਗਾ ਸ਼ਿਕਾਰ ਭੇਜ ਦਿੱਤਾ ਹੈ ਉਤਸ਼ਾਹ 'ਚ ਆਪਣੇ ਕੁਰਸੀ ਤੋਂ ਟੱਪ ਕੇ ਪੁੱਛਣ ਵਾਲੇ ਦੇ ਸਾਹਮਣੇ ਅਦਾ ਨਾਲ ਖੜਾ ਹੋ ਗਿਆ ਬੋਲਿਆ ਓਏ ਰਿਆ ਮੂੰ ਚੱਕ ਕੇ ਫਲੋਰਿਮਾ ਨੇ ਦੇਖਿਆ ਉਹਦੇ ਸਾਹਮਣੇ ਇੱਕ ਲੰਬਾ ਤੇ ਕਹਿਰੇ ਸਰੀਰ ਦਾ ਆਦਮੀ ਖੜਾ ਹੈ ਜਿਨੇ ਕਾਲੇ ਰੰਗ ਦੇ ਢਕੀਲੇ ਕੱਪੜੇ ਪਾਏ ਹੈ ਇੱਕ ਤੇਜ਼ ਤੇ ਸਖਤ ਆਵਾਜ਼ ਸਾਰੇ ਕਮਰੇ ਚ ਗੂੰਜ ਗਈ ਤੂੰ ਹੀ ਹੈ ਉਹ ਲਗਭਗ ਇੱਕ ਦਰਜਨ ਲੋਕਾਂ ਦੀਆਂ ਅੱਖਾਂ ਇਸ ਆਉਣ ਵਾਲੇ ਨੂੰ ਰਹਿਮ ਨਾਲ ਦੇਖਣ ਲੱਗੀਆਂ ਜਿਹੜਾ ਉਸਤਾਦ ਦੀ ਤਲਵਾਰ ਦੇ ਵਾਰਾਂ ਨਾਲ ਵੱਢਿਆ ਜਾਣ ਲਈ ਇਸ ਤਰ੍ਹਾਂ ਆਕੜ ਰਿਹਾ ਸੀ ਪਰ ਲਗਭਗ ਇੱਕ ਦਰਜਨ ਲੋਕਾਂ ਦੇ ਕੰਨਾਂ ਨੇ ਸੁਣਿਆ ਜੇ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਖੁਦ ਨੂੰ ਤੇਰਾ ਰਿਣੀ ਮੰਨਦਾ ਕਿਉਂਕਿ ਮੈਨੂੰ ਤੇਰੇ ਕਾਰਨ ਪਿਛਲੇ ਦਿਨੀ 4 ਨਵੇਂ ਸ਼ਗਿਰਦ ਮਿਲੇ ਹਨ ਉਹਨਾਂ ਚੋਂ ਹਰੇਕ ਨਾਲ ਤੇਰਾ ਝਗੜਾ ਹੋ ਚੁੱਕਾ ਹੈ ਉਹਨਾਂ ਸਾਰਿਆਂ ਨਾਲ ਹੋਏ ਝਗੜੇ ਦੀਆਂ ਸਾਰੀਆਂ ਗੱਲਾਂ ਇੱਕੋ ਜਿਹੀਆਂ ਹਨ ਜਿਸ ਨਾਲ ਪਤਾ ਲੱਗਦਾ ਹੈ ਕਿ ਤੂੰ ਉਹਨਾਂ ਨਾਲ ਜਾਣ ਬੁੱਝ ਕੇ ਕਿਸੇ ਮਤਲਬ ਲਈ ਝਗੜਾ ਕੀਤਾ ਸੀ ਉਹਨਾਂ ਚੋਂ ਆਖਰੀ ਮੇਰੇ ਕੋਲੋਂ ਤਲਵਾਰ ਚਲਾਉਣੀ ਸਿੱਖਣ ਲਈ ਆਇਆ ਤਾਂ ਮੈਂ ਤੇਰੀ ਸਾਰੀ ਪੋਲ ਪੱਟੀ ਸਮਝ ਗਿਆ ਸੀ ਤੇ ਜਦ ਮੈਂ ਤੇਰੀ ਚਾਲ ਦਾ ਪੱਕਾ ਸਬੂਤ ਪ੍ਰਾਪਤ ਕਰ ਲਿਆ ਤਾਂ ਸ਼ਾਸਤਰ ਵਿਦਿਆ ਦੇ ਸਨਮਾਨ ਦੀ ਰੱਖਿਆ ਲਈ ਮੈਂ ਇੱਥੇ ਆਇਆ ਕਿਉਂਕਿ ਇਹਦੀ ਰੱਖਿਆ ਕਰਨਾ ਮੇਰਾ ਫਰਜ਼ ਬਣਦਾ ਹੈ ਤੁਸੀਂ ਕੌਣ ਪੀਲੇ ਹੋਏ ਫਲੋਰਿਮਾਨੇ ਪੁੱਛਿਆ ਹਾਂ ਤੈਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਮੈਂ ਗੋਇਲਾਸੇ ਦਾ ਤੀਨ ਕਿੰਗਜ਼ ਅਕਾਦਮੀ ਦਾ ਸਭ ਤੋਂ ਵੱਡਾ ਉਸਤਾਦ ਤੁਸੀਂ ਤੁਸੀਂ ਗੋਇਲਾਸੇ ਦਾ ਤੀਨ ਫਲੋਰਿਮੋਨੇ ਹੈਰਾਨੀ ਨਾਲ ਉਹਨੂੰ ਦੇਖਿਆ ਤਦ ਇਹਦੀ ਨਜ਼ਰ ਉਸ ਪਤਲੇ ਆਦਮੀ ਦੇ ਪਿੱਛੇ ਗਈ ਗੋਲਮਟੋਲ ਚਿਹਰੇ ਵਾਲਾ ਉਹ ਅਜਨਬੀ ਜਿਹਨੇ ਫਲੋਰਿਮਾਂ ਦਾ ਲਗਭਗ ਸਾਰਾ ਖਜ਼ਾਨਾ ਲੁੱਟ ਲਿਆ ਸੀ ਇੱਕ ਝੋਲਾ ਲਈ ਸਰਾਂ ਦੇ ਦਰਵਾਜ਼ੇ 'ਚ ਦਿਖਾਈ ਦਿੱਤਾ ਉਹ ਕੌਣ ਹੈ ਆਪਣੇ ਆਪ ਨੂੰ ਦਤੈਨ ਦੱਸਣ ਵਾਲੇ ਆਦਮੀ ਨੇ ਘੁੰਮ ਕੇ ਪਿੱਛੇ ਦੇਖਿਆ ਉਹ ਮੇਰਾ ਨੌਕਰ ਹੈ ਦੋ ਹਫ਼ਤੇ ਹੋਏ ਮੈਂ ਉਹਨੂੰ ਇੱਥੇ ਭੇਜਿਆ ਸੀ ਤੇਰੇ ਬਾਰੇ ਚ ਸਾਰੀਆਂ ਗੱਲਾਂ ਪਤਾ ਕਰਨ ਲਈ ਇਹ ਸੁਣ ਕੇ ਫਲੋਰੀਮਾ ਨੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਬੇਬਕੂਫੀ ਕਰ ਦਿੱਤੀ ਉਹਨੇ ਅਜਿਹੀ ਗੱਲ ਕਹਿ ਦਿੱਤੀ ਜਿਸ ਨਾਲ ਦਤੈਨ ਨੂੰ ਹੋਰ ਵੀ ਗੁੱਸਾ ਆ ਗਿਆ ਸਾਰੇ ਚਲਾਕ ਸਮਝਦੇ ਆ ਕਿ ਦੁਨੀਆ 'ਚ ਰਹਿਣ ਵਾਲੇ ਸਾਰੇ ਲੋਕ ਉਹਨਾਂ ਵਰਗੇ ਐ ਕੋਈ ਤਾਂ ਵੀ ਅੱਗੇ ਵਧ ਗਿਆ ਇਸ ਲਈ ਉਹ ਹੱਸਦਾ ਹੋਇਆ ਬੋਲਿਆ ਉਹ ਤੁਹਾਡੇ ਤੋਂ ਪਹਿਲਾਂ ਆਇਆ ਤੇ ਤੁਸੀਂ ਬਹਾਰ ਲੰਗੜ ਤੋਂ ਪਿੱਛੋਂ ਪਹੁੰਚੇ ਉਸਤਾਦ ਦਾਤੇਨ ਬਹਾਰ ਲੰਗੜ ਤੋਂ ਵਿੱਚੋਂ ਕੀ ਮਤਲਬ ਉਹਨੇ ਮੇਰੇ ਕੋਲੋਂ ਸੌ ਲੁਈ ਵਸੂਲ ਕਰ ਲਏ ਹੁਣ ਮੇਰੇ ਕੋਲ ਕੁਝ ਨਹੀਂ ਹੈ ਚੰਗੀ ਗੱਲ ਉਹਨੇ ਤੈਨੂੰ ਤੇਰੀ ਖੇਡ ਚ ਹਰਾ ਦਿੱਤਾ ਤੇ ਤੇਰੀ ਇਹ ਹਿੰਮਤ ਕਿ ਤੂੰ ਮੈਨੂੰ ਵੀ ਉਨਾ ਹੀ ਨੀਚ ਸਮਝੇ ਦਾਤੇਨ ਹੱਸ ਪਿਆ ਪਰ ਖੁਸ਼ੀ ਚ ਨਹੀਂ ਗਰੋਥ ਦਾਤੇਨ ਨੇ ਆਪਣਾ ਬੰਧ ਚੁੱਕਿਆ ਉਸ ਤੋਂ ਬਾਅਦ ਮਹੀਨਿਆਂ ਤੱਕ ਰੀਮਸ ਵਿੱਚ ਰਹਿਣ ਵਾਲੇ ਮਹਾਨ ਦਾਤੇਨ ਦੁਆਰਾ ਫਲੋਰੀਮਾਂ ਦਾ ਲਾ ਗੈਲਦੀ ਬੈਂਤ ਨਾਲ ਮੁਰਮਮਤ ਹੋਣ ਦਾ ਜ਼ਿਕਰ ਕਰਦੇ ਰਹੇ ਜਿਸ ਨੇ ਫਲੋਰੀਮਾਂ ਦਾ ਤਲਵਾਰਬਾਜੀ ਦਾ ਉਸਤਾਦ ਪੁਣਾ ਖਤਮ ਕਰ ਦਿੱਤਾ ਘਟੂ ਘਟ ਫਰਾਂਸ ਦੇ ਉਸ ਪਰਦੇਸ਼ ਵਿੱਚ ਧੰਨਵਾਦ